ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ, ਜਿਹਦੇ ਨਾਲ ਇੱਕ ਮੁਲਾਜ਼ਮ ਦੇ, ਜਿਹਦਾ ਨਾਂ ਦਰਬਾਰਾ ਸਿੰਘ ਅਕਾਊਂਟਸ ਕਲਰਕ ਆ, ਉਹਦੇ ਕਾਫ਼ੀ ਗੰਭੀਰ ਸੱਟ ਲੱਗੀਆਂ। ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਹਿਤਾ ਚੀਫ ਨੂੰ ਕਿ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ, ਕਿਉਂਕਿ ਜਿਹੜਾ ਵੀ ਮੁਲਾਜ਼ਮ, ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ, ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ। ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਸੀਂ ਪੁਲਿਸ ਨੂੰ ਵੀ ਕੇਸ ਦੇਵਾਂਗੇ ਕਿ ਪੁਲਿਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ। ਇਸ ਇਹੋ ਜਿਹੇ ਮੁਲਾਜ਼ਮ 'ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ, ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ। ਚਾਹੇ ਕੋਈ ਵੀ ਮੁਲਾਜ਼ਮ, ਉਹਦੇ 'ਚ ਇੱਕ ਮੁਲਾਜ਼ਮ ਇਨਵੋਲਵ ਆ, ਚਾਹੇ 2 ਜਾਂ 3, ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਇਹ ਘਟਨਾ ਅੱਜ ਲਗਭਗ 1:15 ਜਦੋਂ ਸਾਰੇ ਪ੍ਰਸ਼ਾਦਾ ਛਕ ਰਹੇ ਸੀਗੇ, ਅਤੇ ਉਹ ਮੁਲਾਜ਼ਮ ਵੀ ਪ੍ਰਸ਼ਾਦਾ ਛਕ ਰਿਹਾ ਸੀ, ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਇਲਜ਼ਾਮ ਦਿੱਤੀ। ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ, ਪਿੰਡ ਦਾ ਘਰ ਦਾ ਝਗੜਾ ਸੀਗਾ, ਤਾਂ ਉਹ ਪਿੱਛੋਂ ਘਰੋਂ ਵੀ ਮੈਨੂੰ ਪਤਾ ਲੱਗਿਆ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ, ਅਤੇ ਉਹ ਆ ਕੇ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜੋ ਬਹੁਤ ਮਦਬਾਕੀ ਘਟਨਾ ਆ। ਅਸੀਂ ਇਹਦੀ ਤੁਰੰਤ ਤਫਤੀਸ਼ ਕਰਕੇ ਕਾਰਵਾਈ ਕਰਾਂਗੇ। ਨਹੀਂ, ਇਹ ਦੋਵੇਂ ਹੀ ਦਫ਼ਤਰ ਦਰਬਾਰ ਸਾਹਿਬ, ਇੱਕ ਕੌਣ ਬ੍ਰਾਂਚ ਆ, ਦੂਜਾ ਲਾਗੇ ਨਾਲ ਹੀ ਬ੍ਰਾਂਚ ਜਨਰਲ ਬ੍ਰਾਂਚ, ਉਹ 'ਚ ਕੰਮ ਕਰ ਰਿਹਾ। ਅਤੇ ਇਹ ਕਿਉਂਕਿ ਡਿਊਟੀ ਲਾਉਣ ਨਾਲ ਆ, ਇਸ ਕਰਕੇ ਇੱਕ ਦੂਜੇ ਨੂੰ ਰੋਜ਼ਾਨਾ ਮਿਲਦੇ ਵੀ ਆ ਅਤੇ ਪਰਿਵਾਰਕ ਰਿਸ਼ਤੇ ਵੀ ਆ। ਅਜੇ ਤੱਕ ਤਾਂ ਹਾਲਤ ਸੀਰੀਅਸ ਆ, ਬਾਕੀ ਜਦੋਂ ਮੈਡੀਕਲ ਰਿਪੋਰਟ ਆਏਗੀ ਉਹ ਤੋਂ ਬਾਅਦ ਆਏਗੀ।